ਦੈਨਿਕ ਸਵੇਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਮਸਿੰਗ ਦਿਗਪਾਲ। 2024 ਦਾ ਅਖਾੜਾ ਜਿਹੜਾ ਕਿ ਪੂਰੀ ਤਰ੍ਹਾਂ ਭਖਿਆ ਹੋਇਆ ਤਾਂ ਹਰ ਇੱਕ ਸਿਆਸੀ ਪਾਰਟੀ ਦੇ ਵੱਲੋਂ ਅੱਡੀ ਚੁੱਟ ਦਾ ਜਿਹੜਾ ਕਿ ਜ਼ੋਰ ਉਹ ਆਪਣੇ ਉਮੀਦਵਾਰ ਨੂੰ ਜਿਤਾਉਣ ਦੇ ਲਈ ਲਗਾਇਆ ਜਾ ਰਿਹਾ, ਕਿਉਂਕਿ 2027 ਦੀ ਵੀ ਜਿਹੜੀ ਕਿ ਪਿੱਚ ਆ ਉਹ ਤਿਆਰ ਕੀਤੀ ਜਾ ਰਹੀ ਹੈ। ਤਾਂ ਗੱਲ ਜੇਕਰ ਪਿੰਡਾਂ ਦੀ ਕਰੀਏ ਤਾਂ ਪਿੰਡਾਂ ਦਾ ਤਬਕੇ ਦਾ ਇਸ ਵਾਰ ਕੀ ਰੁਝਾਨ ਰਹੇਗਾ, ਤਾਂ ਇਹ ਵੀ ਦੇਖਣਾ ਅਹਿਮ ਹੋਵੇਗਾ। ਤਾਂ ਵਿਧਾਨ ਸਭਾ ਹਲਕਾ ਗਿੱਲ ਦੇ ਵਿੱਚ ਮੌਜੂਦ ਆ, ਜਿੱਥੇ ਲੋਕ ਸਭਾ ਦੇ ਉਮੀਦਵਾਰਾਂ ਦੇ ਵੱਲੋਂ ਜ਼ੋਰ ਲਗਾਇਆ ਜਾ ਰਿਹਾ, ਉੱਥੇ ਹਲਕਾ ਵਿਧਾਇਕਾਂ ਦੇ ਵੱਲੋਂ ਵੀ ਜ਼ੋਰ ਆ ਜਿਹੜਾ ਕਿ ਉਹ ਲਗਾਇਆ ਜਾ ਰਿਹਾ, ਤਾਂ ਜੋ ਵੱਧ ਤੋਂ ਵੱਧ ਜਿਹੜੀ ਕਿ ਆਪਣੇ ਹਲਕੇ ਦੇ ਵਿੱਚੋਂ ਵੋਟਾਂ ਜਿਤਾ ਕੇ ਆਪਦਾ ਉਮੀਦਵਾਰ ਜਿਹੜਾ ਕਿ ਜਿਤਾ ਸਕਣ। ਤਾਂ ਹਲਕਾ ਵਿਧਾਇਕ ਜੀਵਨ ਸਿੰਘ ਸੰਘੋਵਾਲ ਸਾਡੇ ਨਾਲ ਮੌਜੂਦ ਨੇ। ਸੰਘੋਵਾਲ ਸਾਹਿਬ, ਕਿਵੇਂ ਦੇਖਦੇ ਹੋ ਪਿੰਡਾਂ ਦੇ ਵਿੱਚ ਕੀ ਰੁਝਾਨ ਹੈ? ਅਹਿਮਦ ਜੀ, ਪਹਿਲਾਂ ਤਾਂ ਦੈਨਿਕ ਸਵੇਰਾ ਦਾ ਮੈਂ ਥੋੜ੍ਹਾ ਧੰਨਵਾਦ ਕਰਦਾ ਤੁਹਾਡੇ ਸਾਰੇ ਦਰਸ਼ਕਾਂ ਦਾ। ਪਿੰਡਾਂ ਦਾ ਮਾਹੌਲ ਇਹ ਆ, ਪਿੰਡਾਂ ਦੇ ਲੋਕ ਚਾਹੁੰਦੇ ਆ ਵੀ ਮਤਲਬ 1 ਤਰੀਕ ਕਦੋਂ ਆਵੇ। ਮੇਰੇ ਨਾਲ ਲੋਕ ਸਭਾ ਦੇ ਲੁਧਿਆਣੇ ਦੇ ਕੈਂਡੀਡੇਟ ਸਾਡੇ ਹਰਮਨ ਪਿਆਰੇ, ਅਸ਼ੋਕ ਪਰਾਸਰ ਪੱਪੀ ਜੀ 12-13 ਤੋਂ ਦਿਨਾਂ ਤੋਂ ਸਾਡੀ ਟੀਮ ਦੇ ਨਾਲ ਨੇ। ਅਸੀਂ ਹਰ ਰੋਜ਼ 8-10 ਪਿੰਡਾਂ 'ਚ ਜਾਂਦੇ ਹਾਂ, ਕਿਉਂਕਿ ਹਲਕਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਵੀ ਹਲਕਾ ਬਹੁਤ ਵੱਡਾ, ਅਤੇ ਲੋਕਾਂ ਨੇ ਮਾਣ ਵੀ ਸਾਨੂੰ 17 'ਚ ਵੀ ਮਾਣ ਬਹੁਤ ਦਿੱਤਾ। 10 ਨੂੰ 60,000 ਵੋਟ ਪਈ ਸੀ, ਥੋੜ੍ਹੀ ਜਿਹੀ ਵੋਟ 'ਤੇ ਰਹਿ ਗਏ ਸੀ 17-'ਚ। 22 ਦੇ ਵਿੱਚ 92,000 ਵੋਟ ਪਾਈ ਆ ਲੋਕਾਂ ਨੇ, ਗਿੱਲ ਹਲਕੇ ਦੇ ਨੇ, ਸੂਝਵਾਨ ਲੋਕਾਂ ਨੇ। ਲੋਕਾਂ ਨੂੰ ਚਾਅ ਬਈ ਜਿਹੜੇ ਸਾਡੇ ਲੋਕ ਸਭਾ ਦੇ ਲੁਧਿਆਣੇ ਤੋਂ ਕੈਂਡੀਡੇਟ ਨੇ ਪਰਾਸਰ ਸਾਹਿਬ, ਜਿਵੇਂ ਅੱਗੇ 92,000 ਦੀ ਲੀਡ ਨਾਲ ਜਿਤਾਏ ਆ, ਐਤਕੀ ਸਾਰੇ ਜਿੰਨੇ ਸਾਡੇ ਆ ਵਲੰਟੀਅਰ ਵੀਰ ਮੇਰੇ ਭਰਾ ਬੈਠੇ, ਸੱਜੀਆਂ ਖੱਬੀਆਂ ਬਾਹਾਂ, ਹਰ ਰੋਜ਼ ਕਹਿੰਦੇ ਆ ਜੀ ਸਾਡੇ ਪਿੰਡ ਰੱਖੋ, ਸਾਡੇ ਪਿੰਡ ਮੀਟਿੰਗਾਂ ਰੱਖੋ, ਕਿਉਂਕਿ ਵੱਡਾ ਕਲੋਨੀਆਂ 'ਚ ਵੀ ਜਾਣਾ ਸੀ। ਜਾਣੀ ਮੈਨੂੰ ਉਮੀਦ ਆ ਪੂਰੀ ਇਹਨਾਂ ਦੇ, ਮੈਂ ਆਪਦੇ ਵਲੰਟੀਅਰ ਦੇ ਸਿਰ 'ਤੇ ਬੋਲ ਰਿਹਾ, ਤੁਹਾਨੂੰ ਦੱਸ ਰਿਹਾ ਬਈ, ਗਿੱਲ ਹਲਕੇ 'ਚੋਂ ਪੱਪੀ ਜੀ ਨੂੰ 1.5 ਲੱਖ ਦੀ ਲੀਡ ਨਾਲ ਜਿਤਾਵਾਂਗੇ ਅਸੀਂ। ਗਿੱਲ ਹਲਕੇ 'ਚ ਮੈਂ ਬਹੁਤ ਵੱਡੀ ਗੱਲ ਇਹਨਾਂ ਸਾਨੂੰ ਦੇਖੋ, ਤੁਸੀਂ ਅੱਜ ਸਵੇਰ ਦੇ ਸਾਡੇ ਨਾਲ ਹੋ, ਇਹ 8ਵਾਂ ਪਿੰਡ ਆ, ਕਿਤੇ ਹੈ ਲੋਕਾਂ ਦੀ ਕਮੀ? ਕਿੰਨੀ ਗਰਮੀ ਆ, ਘੰਟਾ ਘੰਟਾ ਲੇਟ ਵੀ ਹੋ ਜਾਂਦੇ ਆ, ਰੋਟੀ ਦਾ ਕਿੰਨਾ ਵਧੀਆ ਪ੍ਰਬੰਧ ਕੀਤਾ, ਸਕੰਜ ਵੀ ਪੀਂਦੇ ਆ, ਚਾਹ ਦਾ ਪ੍ਰਬੰਧ ਕੀਤਾ ਹੋਇਆ, ਇਹਨਾਂ ਵਾਂਗ ਨਹੀਂ ਆ ਜਾਓ ਵੀ ਸ਼ਾਮ ਨੂੰ ਤੁਹਾਨੂੰ ਦਾਰੂ ਦੇਵਾਂਗੇ, ਨਸ਼ੇ ਵੰਡਾਂਗੇ। ਲੋਕ ਬੈਠੇ ਆ ਘੰਟਾ ਘੰਟਾ ਅੜੀਕ ਰਹੇ ਆ ਵੀ ਕਦੋਂ ਸਾਡੇ ਕੈਂਡੀਡੇਟ ਆਉਣ, ਅਸੀਂ ਉਹਨਾਂ ਦੀ ਜਿਹੜੀ ਉਹਨਾਂ ਦਾ ਵਿਚਾਰ ਵਟਾਂਦਾ ਕਹੀ ਆ ਵੀ ਸਾਡੇ ਵਾਸਤੇ ਉਹ ਕੀ ਕਰਨਗੇ। ਗਿੱਲ ਹਲਕੇ ਦੇ ਵਿੱਚ ਮੇਰੇ ਭਰਾ ਨੇ ਜਾਣੀ ਮੇਰੇ ਨਾਲ ਬਹੁਤ ਵੱਡਾ ਵਾਅਦਾ ਕਰਿਆ ਵੀ ਜਦੋਂ, ਕਿਉਂਕਿ ਗਿੱਲ ਹਲਕੇ ਨੇ ਆਪਦੀ ਬਾਹ ਲਾ ਦੇਣੀ ਆ ਪੂਰੀ ਲੁਧਿਆਣੇ 'ਚੋਂ, ਇਹ ਜਿੱਤਦੇ ਨੇ 6 ਹਲਕਿਆਂ 'ਚੋਂ, ਆਹ ਜਿਹੜੇ ਸਾਡੇ ਗਿੱਲ ਜਗਰਾਉਂ ਦਾਖਾ 'ਚੋਂ ਸਾਡੀ ਟੀਮਾਂ ਬੈਠੀਆਂ ਪੂਰੀਆਂ ਵੱਡੇ ਪੱਧਰ 'ਤੇ, ਲੋਕਾਂ ਨੂੰ ਚਾਹ ਸੀ 1 ਤਰੀਕ ਨੂੰ ਦੇਖੋ ਤੁਸੀਂ ਕੀ ਬਣਨਾ, ਬੂਥਾਂ ਦੀਆਂ ਤਿਆਰੀਆਂ ਕੀਤੀਆਂ ਹੋਈਆਂ ਨੇ, ਸਭ ਤੋਂ ਵੱਧ ਸਾਡੇ ਬੂਥ 'ਤੇ ਨਾਰੇ ਲੱਗਣਗੇ ਵੀ ਆ ਜਾਓ, ਅਤੇ ਉਹ ਟਪੂਸੀ ਮਾਰ ਕੇ, ਉਹਨੂੰ ਪਤਾ ਸੀ ਟਿਕਟ ਮੈਨੂੰ ਮਿਲਣੀ ਕੋਈ ਨਹੀਂ, ਉਹਨੇ ਕੀ ਕੀਤਾ ਚੁੱਪ ਕਰਕੇ ਵੀ ਉਦੋਂ ਵੀ ਜੇ ਨਾ ਜਾਊਂਗਾ ਤਾਂ ED ਨੇ ਮੈਨੂੰ ਘੜੀ ਸਹੀ ਲੈਣਾ, ਉਹ ਡਰਦੇ ਮਾਰੇ ਬਸ ਉਹਨੇ ਜਾਣਾ ਚਲਿਆ ਗਿਆ। ਭਾਜਪਾ 'ਚ ਜਿੰਨੇ ਵੀ ਗਏ ਨੇ ਸਾਰੇ ਡਰਦੇ ਮਾਰੇ ਗਏ, ਮੈਂ ਕਹਿੰਦਾ ਸਾਰੇ ਡਰਦੇ ਮਾਰੇ ਜਾਣੇ ਜੀ, ਇਹ ਬੜੇ ਬੜੇ ਘਪਲੇ ਕੀਤੇ ਨੇ, ਅਸੀਂ ਕੀ ਕੀਤਾ, ਆਦਕ ਚਾਹ ਦਾ ਕੱਪ ਇੱਥੇ ਪਹਿਲਾਂ ਰੋਟੀ ਖਾ ਲਈ, ਕਿੰਨਾ ਅਸੀਂ ਘਪਲੇ ਕਰਨ ਵਾਲੀ ਸਾਡੀ ਹੈ ਹੀ ਨਹੀਂ। ਸਾਡੇ ਤਾਂ ਜਿਹੜੇ ਅਰਵਿੰਦ ਕੇਜਰੀਵਾਲ ਸਾਨੂੰ ਇਹਨਾਂ ਨਜਾਇਜ਼ ਤੱਕਿਆ ਡੱਕਿਆ ਨਾ ਅੰਦਰ, ਆਹ ਸਜ਼ਾ ਹੁਣ ਉਹਨਾਂ ਨੂੰ ਮਿਲਣੀ ਹੈ ਇਹ ਸਾਰੇ। ਕਹਿੰਦੇ ਜੇ ਪੰਜਾਬ 'ਚ ਆਮ ਆਦਮੀ ਪਾਰਟੀ ਕਾਰਵਾਈ ਕਰੇ ਤਾਂ ਠੀਕ ਹੈ, ਜੇ ਦਿੱਲੀ 'ਚ ਕਰੇ ਤਾਂ ਕਹਿੰਦੇ ਨਜਾਇਜ਼ ਹੈ। ਇਹ ਤਾਂ ਇਹਨਾਂ ਦੀਆਂ ਕਹਿਣ ਦੀਆਂ ਗੱਲਾਂ ਨੇ ਕਿ ਨਾ, ਲੋਕ ਨੇ ਜਿਹੜੇ ਬੜੇ ਸਿਆਣੇ ਨੇ, ਤੁਸੀਂ ਦਿੱਲੀ ਦੇ ਲੋਕ ਬੱਚਾ ਬੱਚਾ ਕਹਿ ਰਿਹਾ ਹੈ ਵੀ ਅਸੀਂ ਅਰਵਿੰਦ ਕੇਜਰੀਵਾਲ ਸਾਹਿਬ ਦੇ ਨਾਲ ਆ, ਸਾਡੀਆਂ 7 ਸੀਟਾਂ 'ਤੇ ਅਸੀਂ ਜਿੱਤ ਪ੍ਰਾਪਤ ਕਰਨੀ ਆ, ਇਹ ਤੁਹਾਡੇ ਸਾਹਮਣੇ ਹੋ ਜਾਣਾ, ਇੱਥੇ 13-0 ਹੋਣੀ ਆ। ਸੰਘੋਵਾਲ ਸਾਹਿਬ, 9 ਕੌਂਸਟੀਚੁਐਂਸੀ ਨੇ ਲੁਧਿਆਣੇ ਦੀਆਂ, 6 ਸ਼ਹਿਰੇ ਦੀਆਂ ਨੇ, 3 ਪਿੰਡਾਂ ਦੀਆਂ ਨੇ, ਸਭ ਤੋਂ ਵੱਧ ਜ਼ੋਰ ਸਾਰੇ ਕੈਂਡੀਡੇਟ ਦਾ ਪਿੰਡਾਂ ਦੇ ਵਿੱਚ ਲੱਗਿਆ ਹੈ। ਗਿੱਲ ਤੋਂ ਤਾਂ ਤੁਸੀਂ ਆਪਣਾ ਕਹਿ ਤਾ ਤੁਸੀਂ ਵੀ ਅਸੀਂ 1.5 ਲੱਖ ਲੀਡ ਨਾਲ ਜਿਤਾਵਾਂਗੇ। ਜਗਰਾਉਂ ਦੇ ਵਿੱਚ ਅੱਜ ਰਾਜਾ ਵੜਿੰਗ ਦੇ ਵੱਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ, ਕੁਝ ਦਿਨ ਪਹਿਲਾਂ ਰਣਜੀਤ ਸਿੰਘ ਢਿੱਲੋਂ ਦੇ ਵੱਲੋਂ ਵੀ ਕੀਤੀਆਂ ਗਈਆਂ, ਉੱਥੇ ਮਨਪ੍ਰੀਤ ਜਾਲੀ ਮੌਜੂਦਾ ਵਿਧਾਇਕ ਨੇ ਉਹਨਾਂ ਦੇ ਵੱਲੋਂ ਵੱਡਾ ਇਕੱਠ ਰੱਖਿਆ ਜਾਂਦੀ। ਕੀ ਲੱਗਦਾ ਕਿ ਇਹਨਾਂ 2 ਹਲਕਿਆਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਵੋਟ ਵਧੇਗੀ?
ਦੇਖੋ ਇੱਕ ਤਾਂ ਸਾਡੇ ਹਲਕਾ ਇੰਚਾਰਜ ਲੱਗੇ ਹੋਏ ਨੇ, ਇੱਕ ਤਾਂ ਸਾਡੀ ਬੀਬੀ MLA ਆ, MLA ਨੇ ਪੂਰਾ ਜ਼ੋਰ ਲਾਉਣਾ ਹੀ ਲਾਉਣਾ। ਅਸੀਂ ਹੁਣ ਘਰੇ ਥੋੜ੍ਹੀ ਬੈਠਾਂਗੇ, ਆਮ ਆਦਮੀ ਪਾਰਟੀ ਲੋਕਾਂ ਵਾਸਤੇ ਕਿੰਨੇ ਚੰਗੇ ਕੰਮ ਕਰ ਰਹੀ ਆ, ਸਕੂਲ ਵਧੀਆ ਬਣਾ ਰਹੇ ਨੇ, ਲੋਕਾਂ ਦਾ ਬਿੱਲ ਨਹੀਂ ਆ ਰਿਹਾ, ਕਿਸਾਨ ਕਿੰਨੇ ਖੁਸ਼ ਨੇ, ਸੁੱਚ ਦੱਬੋ ਲਾਈਟ 24 ਘੰਟੇ ਆ ਰਹੀ ਆ, ਆ ਹੁਣ ਜੀਰੀ ਬੀਜ ਦੇਣੀ ਆ। ਦੇਖੋ ਕਿਵੇਂ ਅੱਗੇ ਇੱਕ ਕਿਹੜੇ ਪਿੰਡ ਸੀ ਆਪਾਂ ਗਏ ਸੀਗੇ, ਉੱਥੇ ਮੈਨੂੰ ਕਿਸਾਨ ਸਾਬਾਸੇ ਦੇਣ ਲੱਗ ਗਿਆ, ਕਹਿੰਦਾ ਬਈ ਪੁੱਤਰਾ ਇੱਕ ਲੀਟਰ ਨਹੀਂ, ਕਹਿੰਦਾ ਵੀ ਡੀਜ਼ਲ ਮੱਚਿਆ, ਕਹਿੰਦਾ ਸਾਡੇ ਪੈਸੇ ਬਚੇ ਨੇ, ਚੰਗੇ ਕੰਮ ਕਰ ਰਿਹਾ, ਕਹਿੰਦੀ ਇਸ ਪਾਰਟੀ ਤੋਂ ਬਿਨਾਂ ਅਸੀਂ ਕਿਸੇ ਵੋਟ ਪਾਉਣੀ ਹੀ ਨਹੀਂ। ਇਸ ਕਰਕੇ ਜਿੰਨੀਆਂ ਮੇਰੇ ਕੋਲ ਮੈਂ ਤੁਹਾਨੂੰ ਹੋਰ ਬਿਜਲੀ ਇਹਨਾਂ ਦੀ ਗੱਲ ਦੱਸਦੇ ਹਾਂ, ਸਾਡੇ ਜਿਹੜੇ ਵਲੰਟੀਅਰ ਨੇ ਕਹਿੰਦਾ ਇਹ ਜਾਂਦੇ ਨੇ, ਇਹ ਪਾਰਟੀਆਂ ਅਮੀਰ ਲੋਕਾਂ ਦਾ ਖੂਨ ਚੂਸਿਆ ਹੋਇਆ ਕਾਂਗਰਸ ਅਤੇ BJP ਨੇ, ਇਹਨਾਂ ਨੇ ਤਾਂ ਨਸ਼ੇ ਅਤੇ ਪੈਸੇ ਨਾ, ਇਹਨਾਂ ਨੇ ਏਜੰਟ ਭੇਜ ਤੇ ਪਿੰਡਾਂ ਦੇ ਵਿੱਚ ਵੀ ਜਿਹੜੇ ਉਹਨਾਂ ਦਾ ਏਜੰਟ ਬੈਠਾ ਉਹਨਾਂ ਨਾਲ ਗੱਲ ਕਰੋ ਵੀ ਕਿਹਦੇ ਘਰੇ ਕੀ ਦੇਣਾ, ਕਿੰਨੇ ਪੈਸੇ ਦੇਣੇ ਨੇ, ਕਿੰਨੀਆਂ ਉਹਨੂੰ ਪੇਟੀਆਂ ਰੱਖਣੀਆਂ ਨੇ। ਲੋਕ ਪੰਜਾਬ ਦੇ ਅਤੇ ਗਿੱਲ ਹਲਕੇ ਦੇ ਬੜੇ ਸਿਆਣੇ ਨੇ, ਉਹ ਕਹਿੰਦੇ ਬਾਈ ਜੀ ਚਿੰਤਾ ਕਰਨ ਦੀ ਲੋੜ ਨਹੀਂ। ਕਈ ਪਿੰਡ ਤਾਂ ਸਾਨੂੰ ਇਹ ਕਹਿੰਦੇ ਆ ਉਹ ਆਇਓ ਚਾਹੇ ਨਾ ਆਇਓ ਤੁਹਾਨੂੰ ਵੋਟ ਅੱਗੇ ਨਾਲ ਦੁੱਗਣੀ ਨਾ ਕੱਢ ਕੇ, ਪਹਿਲਾਂ ਨਸ਼ਾ ਦੇ ਕੇ ਵੋਟ ਲਈ ਜਾਂਦੀ ਸੀ। ਮੈਂ ਕਹਿੰਦਾ ਲੋਕਾਂ ਨੂੰ ਇਹ ਆ ਤਾਂ ਇਹਨਾਂ ਦੀਆਂ ਪਾਈਆਂ ਹੋਈਆਂ ਨੇ ਬਈ ਪੇਟੀਆਂ ਸਿੱਟੋ ਪੈਸੇ ਦਿਓ, ਹੁਣ ਤਾਂ ਨਹੀਂ ਮੰਗ ਕਰਦੇ ਤੁਹਾਡੇ ਕੋਲੋਂ। ਸਾਨੂੰ ਇੱਕ ਵੀ ਬੰਦਾ ਨਹੀਂ ਕਹਿ ਰਿਹਾ ਸਾਨੂੰ ਵੀ ਪੇਟੀ ਦਿਓ ਜਾਂ ਨਸ਼ਾ ਦਿਓ, ਇਹਨਾਂ ਦੀਆਂ ਆਦਤਾਂ ਪਾਈਆਂ ਹੋਈਆਂ ਨੇ। ਪਰ ਲੋਕ ਬੜੇ ਹੁਣ ਸੂਝ ਮਾਰਨੇ ਵੀ ਆਮ ਆਦਮੀ ਪਾਰਟੀ ਚੰਗੇ ਕੰਮ ਕਰਦੀ ਆ, ਇਹਨਾਂ ਦੇ ਮਗਰ ਕਿਸੇ ਨੇ ਲੱਗਣਾ ਹੀ ਨਹੀਂਗਾ। ਇਹਨਾਂ ਨੂੰ ਤਾਂ ਹੁਣ ਗੋਲ ਬਿਸਤਰਾ ਇਹਨਾਂ ਦਾ ਹੋਇਆ ਖੜਾ, 4 ਤਰੀਕ ਨੂੰ ਇਹਨਾਂ ਨੇ ਮੂੰਹ ਦਿਖਾਉਣ ਜੋਗੇ ਨਹੀਂ ਰਹਿਣਾ ਵੀ ਇਹਨਾਂ ਦੇ ਕਿਹੜੇ ਨੰਬਰ 'ਤੇ ਆਉਣਾ ਹੈਗਾ। ਇਹ ਦੋਨਾਂ ਦੀ ਆਪਸ ਵਿੱਚ ਲੜਾਈ ਆ, ਆਮ ਆਦਮੀ ਪਾਰਟੀ ਨੇ ਨੰਬਰ 1 'ਤੇ ਆਉਣਾ। ਸਿਆਸੀ ਪਾਰਟੀਆਂ ਰਵਨੀਤ ਸਿੰਘ ਬਿੱਟੂ ਦੇ ਸਵਾਲ ਚੁੱਕਦੀਆਂ ਸੀਗੀਆਂ, 10 ਸਾਲ ਦੇ ਵਿੱਚ ਰਵਨੀਤ ਬਿੱਟੂ ਨੇ ਲੋਕਾਂ ਦਾ ਫੋਨ ਨਹੀਂ ਚੁੱਕਿਆ, ਲੋਕਾਂ ਨੂੰ ਮਿਲੇ ਨਹੀਂ। ਹੁਣ ਕਾਂਗਰਸ ਨੂੰ ਛੱਡ ਕੇ ਭਾਜਪਾ ਤੋਂ ਉਮੀਦਵਾਰ ਭਾਜਪਾ ਸ਼ਾਮਿਲ ਹੋ ਗਏ ਨੇ ਤਾਂ ਭਾਜਪਾ ਤੋਂ ਉਮੀਦਵਾਰ ਨੇ, ਰਾਜਾ ਵੜਿੰਗ ਜੋ ਪੰਜਾਬ ਪ੍ਰਧਾਨ ਨੇ ਕਾਂਗਰਸ ਦੇ, ਉਹਨਾਂ ਨੂੰ ਹੁਣ ਲੁਧਿਆਣਾ ਤੋਂ ਕੈਂਡੀਡੇਟ ਲਾਇਆ, ਉਹ ਵੀ ਗਿੱਦੜ ਬਾਅਦ ਇੱਥੇ ਆਏ ਨੇ, ਉਹਨੂੰ ਕਿਵੇਂ ਦੇਖਦੇ ਹੋ? ਦੇਖੋ ਮੈਨੂੰ MLA ਚੁਣਿਆ, ਸੇਵਾਦਾਰ ਚੁਣਿਆ, ਲੋਕ ਮੇਰੇ ਕੋਲ ਗਿੱਲ ਹਲਕੇ ਦੇ ਸਵੇਰ ਤੋਂ 8 ਵਜੇ ਤੋਂ ਸ਼ੁਰੂ ਹੋ ਜਾਂਦੇ ਆ, ਅਸੀਂ ਕੰਮ ਕਰਦੇ ਹਾਂ। ਹੁਣ ਲੁਧਿਆਣੇ ਦੇ ਜਿਹੜੇ ਲੋਕ ਨੇ ਉਹ ਗਿੱਦੜ ਬਾਹੇ ਨੂੰ ਜਾਣਗੇ ਪਹਿਲਾਂ? ਇਹ ਬਹੁਤ ਲੋਕ ਸਿਆਣੇ ਨੇ, ਲੋਕਾਂ ਨੂੰ ਪਤਾ ਵੀ ਆਮ ਆਦਮੀ ਪਾਰਟੀ ਦੇ ਲੋਕ ਨੇ ਜਿਹੜੇ ਸੇਵਾਦਾਰ ਨੇ, ਜਿੰਨਾ ਉਹਨਾਂ ਕੋਲ ਵੱਧ ਤੋਂ ਵੱਧ ਟਾਈਮ ਹੁੰਦਾ ਅਸੀਂ ਆਪਦੇ ਦਫ਼ਤਰ 'ਚ ਲਾਉਂਦੇ ਹਾਂ। ਇੱਥੇ ਕੰਮ ਪਿਆ ਹੋਵੇ ਅਗਲਾ ਗਿੱਦੜ ਬਾਹੇ ਨੂੰ ਜਾਵੇ, ਪਹਿਲਾਂ ਤਾਂ 2000 ਰੁਪਏ ਦਾ ਤੇਲ ਫੂਕ ਕੇ ਇਹ ਲੋਕ ਤਿਆਰ ਬੈਠੇ ਨੇ। ਤੁਸੀਂ ਦੇਖਦੇ ਹੋ ਹਿੰਮਤ ਜੀ ਬਣਨਾ ਕੀ ਹੈ ਇਹਨਾਂ ਦਾ। ਇੱਕ ਇੱਕ ਵੋਟ ਜਿਹੜੀ 1 ਤਰੀਕ ਨੂੰ ਲੋਕਾਂ ਨੇ ਆਪਦੀ ਕੀਮਤੀ ਵੋਟ ਆ, ਡਾਕਟਰ ਭੀਮ ਰਾਓ ਉਮੇਦਵਾਰ ਜੀ ਨੇ ਬੜੇ ਸੰਘਰਸ਼ਾਂ ਨਾਲ ਲੈ ਕੇ ਇਹ ਦਿੱਤਾ, ਇਹ ਲੋਕ ਕੋਈ ਇਹਦੀ ਕੀਮਤ ਨਹੀਂ ਦੇ ਸਕਦਾ ਹੈਗਾ। ਦੇਖੋ ਤੁਸੀਂ ਬੜੀ ਵੱਡੀ ਲੀਡ 'ਤੇ ਆਪਾਂ ਪ੍ਰਾਸਰ ਜੀ ਜਿੱਤਣਗੇ। CLP ਲੀਡਰ ਪ੍ਰਤਾਪ ਸਿੰਘ ਬਾਜਵਾ ਰਾਜੇ ਵੜਿੰਗ ਦੇ ਹੱਕ ਚੋਣ ਪ੍ਰਚਾਰ ਕਰਨ ਦੇ ਲਈ ਕੱਲ੍ਹ ਦੇ ਲੁਧਿਆਣੇ ਪਹੁੰਚ ਚੁੱਕੇ ਹੋਏ ਨੇ, ਤਾਂ ਕੱਲ੍ਹ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਸੀ, ਕਿਹਾ ਗਿਆ ਕਿ ਰਵਨੀਤ ਬਿੱਟੂ ਦੀ ਜਿਹੜਾ ਕਿ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਉਹਨਾਂ ਦਾ ਸੈਟਿੰਗ ਹੈ, ਉਹਨਾਂ ਨੂੰ ਗੋਲਡ ਗਿਫਟ ਦਿੱਤਾ ਗਿਆ, ਕਮਜ਼ੋਰ ਕੈਂਡੀਡੇਟ ਕਿ ਲੁਧਿਆਣੇ ਤੋਂ ਉਤਾਰਿਆ ਗਿਆ। ਪੱਪੀ ਦੀ ਗੱਲ ਸੁਣੀ ਆ ਕਿ ਪੱਪੀ ਨੇ ਤੁਹਾਨੂੰ ਕੀ ਜਵਾਬ ਦਿੱਤਾ ਸੀ ਕੈਂਡੀਡੇਟ ਨੇ? ਬਈ ਮੈਂ ਇਹਨਾਂ ਦੇ ਵਜ਼ਨ 'ਚ ਵੀ ਵੱਧ ਹਾਂ, ਠੀਕ ਨਹੀਂ ਗੱਲ, ਵੀ ਜਿਹੜੀ ਕੀੜੀ ਆ ਕਿ ਨਾ ਜਦੋਂ ਵੜ ਜਾਂਦੀ ਆ ਸੁੰਡ 'ਚ ਹਾਥੀ ਦੇ ਨੱਚਣ ਲਾਉਂਦੀ ਆ, ਇਹਨਾਂ ਦਾ ਇਹੀ ਹਾਲ ਆ। ਉਹ ਤਾਂ ਇਹਨੂੰ ਹਰਾ ਉਹ ਕੋਈ ਜਿਤਾਉਣ ਲਈ ਥੋੜ੍ਹੀ ਆਏ ਨੇ, ਇਹ ਆਸੂ ਨੇ ਵੀ ਇਹਨੂੰ ਹਰਾਉਣਾ, ਬਾਜਵੇ ਨੇ ਵੀ ਇਹਨੂੰ ਹਰਾਉਣ 'ਤੇ ਆਉਣਾ। ਵੀ ਜੇ ਇਹਨੂੰ ਜਿਤਾ ਤਾ ਫਿਰ ਅਸੀਂ ਕਿੱਥੇ ਖੜ੍ਹੇ ਹਾਂ? ਇਹ ਤਾਂ ਬਸ ਇੱਕ ਮੂੰਹ ਦਿਖਾਵਾ ਲੋਕ ਦਿਖਾਵਾ ਕਰਦੇ ਫਿਰਦੇ ਨੇ, ਨਾਲ ਰਹਿ ਕੇ ਜਿਤਾਉਣ ਦੀ ਬਜਾਏ ਹਰਾਉਣਗੇ। ਇਹਨਾਂ ਨੇ ਇਹਨੂੰ ਹਰਾਉਣਾ, ਤੁਹਾਡੇ ਵਿੱਚ ਹੀ ਆ, ਦੇਖ ਲਓ ਤੁਸੀਂ ਕੋਈ ਨਾਲ ਨਿਕਲਦਾ ਕਿਹੜੇ ਕੈਂਡੀਡੇਟ ਨੇ ਕੋਈ ਨਾਲ ਇਹਦੇ ਫਿਰਦਾ ਦੇਖਿਆ ਤੁਸੀਂ? ਪਹਿਲੇ ਦਿਨ ਜਿੱਦਣ ਰੋਡ ਸ਼ੋਅ ਸੀ ਸਾਰੇ ਪੰਜਾਬ ਦੀਆਂ ਗੱਡੀਆਂ 2-2 ਪਿੰਡਾਂ 'ਚ ਕਹਿਤਾ ਕਿ ਕੋਈ ਕਿਤੋਂ ਲਿਆਂਦੀਆਂ, ਸਾਰਿਆਂ ਤੋਂ ਆ ਕੇ ਰੋਡ ਸ਼ੋਅ ਵੱਡਾ ਕਰਤਾ। ਹੁਣ ਤੁਸੀਂ ਦਿਖਾ ਦਿਓ 10 ਗੱਡੀਆਂ ਤੋਂ ਸਾਡੇ ਨਾਲ 50 ਗੱਡੀਆਂ ਸੀ ਬਾਈ ਅੱਜ ਆਪਣੇ ਆਪ, ਕਿਸੇ ਨੂੰ ਨਹੀਂ ਅਸੀਂ ਸੁਣਿਆ, ਉਹਨੂੰ ਪਤਾ ਲੱਗ ਜਾਂਦਾ ਵਟਸਐਪ 'ਤੇ ਪੈਂਦੇ ਵੀ ਇੰਨੀਆਂ ਮੀਟਿੰਗਾਂ ਨੇ। ਆਪਣੇ ਆਪ ਹੀ ਸਾਡੇ ਵਲੰਟੀਅਰ ਪਹਿਲਾਂ ਹੀ ਗੱਡੀਆਂ ਭਰ ਭਰ ਕੇ ਨਾਲ ਤੁਰੇ ਫਿਰਦੇ ਨੇ, ਆਪਦੇ ਰਿਸ਼ਤੇਦਾਰਾਂ ਨੂੰ ਕਹਿੰਦੇ ਫਿਰਦੇ ਆ ਵੀ ਇੱਕ ਇੱਕ ਵੋਟ ਆ ਜਿਹੜੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਪਾਉਣੀ। ਭਾਜਪਾ ਦੇ ਪ੍ਰਧਾਨ ਨੇ ਸੁਨੀਲ ਜਾਖੜ ਅੱਜ ਇਲੈਕਸ਼ਨ ਕਮਿਸ਼ਨ ਨੂੰ ਮਿਲਣ ਇੱਕ ਮੰਗ ਪੱਤਰ ਦਿੱਤਾ, ਕਹਿੰਦੇ ਵੀ ਐਡਵੋਕੇਟ ਜਨਰਲ ਨੇ
ਕੋਰਟ ਦੇ ਵਿੱਚ ਮੰਨਿਆ ਕਿ ਪੰਜਾਬ ਦੇ ਵਿੱਚ ਟੈਰਰਿਜ਼ਮ ਜਿਹੜਾ ਕਿ ਵੱਧ ਰਿਹਾ, ਤਾਂ ਸਾਡੇ ਕੈਂਡੀਡੇਟ ਦਾ ਲਗਾਤਾਰ ਵਿਰੋਧ ਹੋ ਰਿਹਾ, ਜੇਕਰ ਵਿਰੋਧ ਹੁੰਦਾ, ਜੇਕਰ ਉਹਨਾਂ ਨੂੰ ਕੁਛ ਉਹਨਾਂ ਦੀ ਕੋਈ ਜਾਣ ਤੋਂ ਕੋਈ ਗੱਲ ਬਣਦੀ ਹੈ, ਜੋ ਕੁਛ ਵੀ ਹੁੰਦਾ, ਤਾਂ ਜ਼ਿੰਮੇਵਾਰ ਆਮ ਆਦਮੀ ਪਾਰਟੀ ਸਰਕਾਰ ਹੋਵੇਗੀ। ਦੇਖੋ, ਸਾਡਾ 700 ਕਿਸਾਨ ਪਹਿਲਾਂ ਉੱਥੇ ਸ਼ਹੀਦ ਹੋ ਗਿਆ, ਹੁਣ ਜਦੋਂ ਦਿੱਲੀ ਜਾਣਾ ਸੀ ਹਰਿਆਣੇ ਰੋਕ ਲਿਆ, ਇਹਨਾਂ ਨੂੰ ਇਹ ਅੱਤਵਾਦੀ ਦੱਸਦੇ ਨੇ, ਕਦੇ ਕੁਛ ਕਹਿੰਦੇ ਨੇ। ਕਿਸਾਨ ਜਿਹੜਾ ਸਾਰੇ ਸੰਸਾਰ ਦਾ ਢਿੱਡ ਭਰਦਾ, ਉਸ ਨੂੰ ਇਹ ਕਰਦੇ ਨੇ ਕਿ ਨਾ। ਕਿਸਾਨ ਬਹੁਤ ਮਿੱਠਾ ਇਨਸਾਨ ਹੈ ਇਹ, ਜਿਹੜੇ ਪੰਜਾਬੀ ਲੋਕ ਨੇ ਕਿ ਨਾ, ਇਹ ਜੇ ਅੜ ਜਾਣ ਤਾਂ ਫਿਰ ਅੜ ਜਾਣ। ਹੁਣ ਇਹਨੂੰ ਪਤਾ ਵੀ ਸਾਡੇ ਕੋਲ ਤੁਸੀਂ ਵੋਟਾਂ ਲੈਣ ਲਈ ਆਏ ਹੋ, ਇੱਥੇ ਦਿੱਲੀਓਂ ਆਏ ਹੋ, ਇੱਥੇ ਚੱਲ ਕੇ ਸਾਨੂੰ ਤੁਸੀਂ ਦਿੱਲੀ ਆਪਦੀਆਂ ਹੱਕਾਂ ਮੰਗਣ ਵਾਸਤੇ ਜਾਣ ਨਹੀਂ ਦਿੱਤਾ। ਇੱਕ ਇੱਕ ਵੋਟ ਹੁਣ ਕਿਸਾਨਾਂ ਨੇ ਲੈਣਾ ਨਹੀਂ, ਇਹਨਾਂ ਤੋਂ ਬਦਲਾ ਲੈਣ ਦਾ ਮੌਕਾ ਤਾਂ ਹੋਣਾ ਸਾਨੂੰ, ਹੁਣ ਮੌਕਾ ਜੀ ਵੋਟ ਦੇ ਬਦਲੇ। ਹੁਣ ਵੋਟ ਸਾਨੂੰ ਆਮ ਆਦਮੀ ਪਾਰਟੀ ਨੂੰ ਇਹਨਾਂ ਨੇ ਪਾਉਣੀ, ਜਿੰਨਾ ਜਿਹਨੇ ਵੀ ਪਾਉਣੀ ਆ, ਸਭ ਆਮ ਆਦਮੀ ਪਾਰਟੀ ਨੂੰ ਵੋਟ ਪਾਉਣੀ ਆ। ਬੀਜੇਪੀ ਤੋਂ ਵੀ ਦੁਖੀ, ਕਾਂਗਰਸ ਤੋਂ ਵੀ ਦੁਖੀ, ਲੋਕ 75 ਸਾਲ ਦੇਖ ਤਾਂ ਲਿਆ ਇਹਨਾਂ ਨੇ ਨਜ਼ਾਰਾ ਇਹਨਾਂ ਦਾ। ਮੁਕਾਬਲਾ ਕਿਹੜੀ ਪਾਰਟੀ ਦਾ ਸਮਝਦੇ? ਮੁਕਾਬਲਾ ਆਮ ਆਦਮੀ ਪਾਰਟੀ ਦਾ ਕਿਸੇ ਨਾਲ ਨਹੀਂ ਹੈਗਾ, ਲੋਕਾਂ ਨੂੰ ਖੁਦ ਨੂੰ ਪਤਾ ਵੀ ਅਸੀਂ ਜਿਹੜੀ ਕਿਹਨਾਂ ਦਾ ਕੀ ਮੁਕਾਬਲਾ ਇਹਨਾਂ ਨੇ ਕਰਿਆ ਕੀ ਹੁਣ ਤੱਕ। ਆਮ ਆਦਮੀ ਪਾਰਟੀ ਕਿੰਨੇ ਸਕੂਲ ਵਧੀਆ ਬਣਾ ਰਹੀ ਆ, ਮੁਹੱਲਾ ਕਲੀਨਿਕ ਬਣ ਰਹੇ ਨੇ, ਦੇਖ ਲਓ ਤੁਸੀਂ ਮੁਹੱਲਾ ਕਲੀਨਿਕ ਦੱਸਦੇ ਲਵੇ ਤਵੇ ਸਾਡੇ ਬਣ ਗਏ। ਗਰੀਬ ਲੋਕ ਇਲਾਜ ਤੋਂ ਬਿਨਾਂ ਮਰਦੇ ਆ, ਉੱਥੇ ਜਾਓ 40 ਤਰ੍ਹਾਂ ਦੇ ਟੈਸਟ ਬਿਲਕੁਲ ਫ੍ਰੀ, ਖਾਲੀ ਦਾ ਆਧਾਰ ਕਾਰਡ ਲੈ ਜਾਓ, ਮੋਬਾਈਲ ਨੰਬਰ ਲਿਖਾਇਓ, ਜਿਹੜੀ ਤੁਹਾਨੂੰ ਕੋਈ ਬਿਮਾਰੀ ਆ ਗਈ ਟੈਸਟ ਦੇ ਵਿੱਚ, ਉਹਦਾ ਚਾਹੇ 10 ਲੱਖ ਲੱਗੇ, 1 ਲੱਖ ਲੱਗੇ, 40-40 ਲੱਖ ਦੀਆਂ ਦਵਾਈਆਂ ਪਈਆਂ ਡਾਕਟਰਾਂ। ਮੈਂ ਜਦੋਂ ਡੇਲੋਂ ਗਿਆ ਹਸਪਤਾਲ ਦੇ ਵਿੱਚ, ਮੈਂ ਕਿਹਾ ਡਾਕਟਰ ਸਾਹਿਬ ਕਿਵੇਂ ਦਵਾਈਆਂ ਤੁਹਾਡੇ ਆ ਗਈਆਂ, ਕਹਿੰਦਾ ਇੱਕ ਸਾਨੂੰ ਕਮਰਾ ਹੋਰ ਤਿਆਰ ਕਰਕੇ ਦਿਓ ਵੀ ਇੰਨੀਆਂ ਸਾਡੇ ਕੋਲ ਦਵਾਈਆਂ ਆ ਗਈਆਂ। ਪਰ ਅਕਾਲੀ ਦਲ ਕਹਿ ਰਿਹਾ ਹੁਣ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਵੋਟ ਕੱਢੇਗੀ ਲੋਕ ਸਭਾ ਦੇ ਵਿੱਚ, ਇਹ ਤਾਂ ਹੁਣ ਤੁਹਾਨੂੰ 4 ਤਰੀਕ ਨੂੰ ਸਾਰਿਆਂ ਨੂੰ ਪਤਾ ਲੱਗ ਜਾਣਾ ਵੀ ਅਕਾਲੀ ਦਲ ਦਾ ਕੋਈ ਨਾਂ ਲੈਂਦਾ ਦੇਖਿਆ ਕਿਤੇ ਤੁਸੀਂ? ਅਕਾਲੀ ਦਲ ਦੇ ਤਾਂ ਪਤਾ ਨਹੀਂ ਵੀ ਜਿਹੜੇ ਕਿਵੇਂ ਨੰਬਰ 'ਤੇ ਉਹਨਾਂ ਨੇ ਆਉਣਾ, ਉਹਨਾਂ ਦਾ ਤਾਂ ਰੱਬ ਯਾਤਰਾ। ਸੋ ਬਿਲਕੁਲ, ਇਹ ਸਨ ਹਲਕਾ ਗਿੱਲ ਤੋਂ ਵਿਧਾਇਕ ਜੀਵਨ ਸਿੰਘ ਸੰਘੋਵਾਲ, ਜੋ ਕਹਿ ਰਹੇ ਨੇ ਕਿ ਹਲਕਾ ਗਿੱਲ ਤੋਂ 1.5 ਲੱਖ ਦੀ ਲੀਡ ਦੇ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪ੍ਰਾਸ਼ਰ ਪੱਪੀ ਨੂੰ ਜਿਤਾ ਕੇ ਭੇਜਣਗੇ, ਔਰ ਨਾਲ ਦੀ ਨਾਲ ਭਾਜਪਾ ਉੱਤੇ ਵੀ ਤੰਜ ਕੱਸਦੇ ਹੋਏ ਨਜ਼ਰ ਆਏ ਨੇ। ਕੈਮਰਾ ਪਰਸਨ ਮਨੀਸ਼ ਦੇ ਨਾਲ ਹਿੰਮਤ ਸਿੰਘ ਦਿਗਪਾਲ, ਦੈਨਿਕ ਸਵੇਰਾ, ਗਿੱਲ। ਦੇਸ਼ ਦੁਨੀਆ ਕੀ ਹਰ ਖਬਰ ਸਭਸੇ ਪਹਿਲੇ ਦੇਖਨੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।